अगर सरकार आँदी है तो पंजाब से सरकार के रूप के आम आदमी पार्टी सरकार एजेंडा की होगा कि तुम इन भर्ती किन्ने समय से पूरी करोगे पूरे पांच साल कुटी गए थे लुटी गए उस तो बाद जो तीन महीने रह गए फिर इन्हें ऐड कट करनी शुरू करती। ਕਾਲ ਮੈਂ ਸੁੱਖੀ ਮੰਗਾਣੀਆ ਤੁਸੀਂ ਦੇਖ ਰਹੇ ਹੋ ਸਰਲੇਖ ਬੁਰਲਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਮੇਰਾ ਪਿੰਡ ਮੰਗਾਣੀਆ ਹੀ ਪੈਂਦਾ ਹੈ। ਜੇ ਮੈਂ ਮੇਰੇ ਪਿੰਡ ਮੰਗਾਣੀਆ ਦੀ ਗੱਲ ਕਰਾਂ ਤਾਂ ਮੇਰਾ ਪਿੰਡ ਮੰਗਾਣੀਆ ਉਹ ਹੈ ਜਿਹਨੇ ਸਭ ਤੋਂ ਪਹਿਲਾਂ ਖੂਬਸੂਰਤ ਲਾਇਬ੍ਰੇਰੀ ਮੇਰੇ ਪਿੰਡ ਮੰਗਾਣੀਆ 'ਚ ਬਣੀ ਹੋਈ। ਨਾਲ ਪ੍ਰਿੰਸੀਪਲ ਮੁਦਰਾਮ ਜੀ ਖੜੇ ਨੇ, ਉਹਨਾਂ ਦੇ ਵਰਕਰ ਸਾਹਿਬਾਨ ਖੜੇ ਨੇ। ਮੈਂ ਪਿੰਡ ਪੱਧਰ 'ਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਇੱਕ ਪਿੰਡ ਦਾ ਨੁਮਾਇੰਦਾ ਹੋਣ ਨਾਤੇ ਪਿੰਡ ਦਾ ਇੱਕ ਨੌਜਵਾਨ ਆਗੂ ਹੋਣ ਨਾਤੇ ਤੁਹਾਡਾ ਗੱਲ ਕਰਨੀ ਚਾਹਾਂਗਾ। ਮੇਰੇ ਪਿੰਡ ਦਾ ਇੱਕ ਗਰਾਊਂਡ ਹੈ, ਮੇਰੇ ਪਿੰਡ ਦੇ ਲੋਕ ਨੌਜਵਾਨ ਪੀੜ੍ਹੀ ਉੱਤੇ ਕ੍ਰਿਕਟ ਖੇਡਦੇ ਹਨ, ਮੇਰੇ ਪਿੰਡ ਦੇ ਨੌਜਵਾਨ ਇੱਕ ਵਧੀਆ ਟੂਰਨਾਮੈਂਟ ਵੀ ਕਰਾਉਂਦੇ ਹਨ, ਪਰ ਉਹ ਗਰਾਊਂਡ ਸਾਡੀ ਨਹੀਂ ਕਹਿੰਦੇ ਸਾਹਿਬ ਬਣ ਗਏ ਅਤੇ ਕਿਸੇ ਲੋਡ ਰੈਗੂਲਰ ਚੱਲ ਰਿਹਾ, ਪਰ ਉਹ ਗਰਾਊਂਡ ਕਦੇ ਵੀ ਰੈਗੂਲਰ ਨਹੀਂ ਚੱਲ ਪਾਇਆ ਜਿਹਦੇ ਕਾਰਨ ਸਾਡੇ ਪਿੰਡ ਦੇ ਵਿੱਚੋਂ ਸਪੋਰਟ ਮੈਨ ਪੈਦਾ ਨਹੀਂ ਹੋ ਸਕੇ। ਕੀ ਕਹੋਗੇ? ਦੇਖੋ ਗੱਲ ਇੱਕ ਹੈ, ਅਸੀਂ ਪਹਿਲਾਂ ਵੀ ਆ, ਹੁਣ ਜਿਹੜੀ ਗੱਲ ਬਦਲਾਅ ਆ ਰਿਹਾ, ਸਾਰੀਆਂ ਸਾਡੀਆਂ ਮਾਵਾਂ, ਸਾਰੀਆਂ ਭੈਣਾਂ, ਸਾਡੇ ਵੀਰ ਅੱਜ ਆਪਸ ਬੜੀ ਜੋਰ ਕਰ ਰਹੇ ਨੇ। ਉਹ ਜੋਰ ਕਰਨ ਪਿੱਛੇ ਇੱਕ ਵੱਡਾ ਕਾਰਨ ਇਹ ਹੈ, 70 ਸਾਲ ਤੋਂ ਜਿਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਨੇ, ਉਹਨਾਂ ਲੋਕਾਂ ਨੇ ਕੇਜਰੀਵਾਲ ਨੇ ਗੱਲ ਕਹੀ ਸੀ ਵੀ ਜੇ ਤੁਸੀਂ ਵਧੀਆ ਕੰਮ ਕੀਤੇ ਹੁੰਦੇ ਅਸੀਂ ਪਾਰਟੀ ਬਣਾਉਂਦੇ ਨਹੀਂ ਸੀਗੇ। ਸੋ ਇਸ ਕਰਕੇ ਨਾ ਇਸੇ ਪਿੰਡ ਦੇ ਵਿੱਚ ਕੋਈ ਚੰਗੇ ਸਕੂਲ ਨੇ, ਜੇ ਸਕੂਲ ਪਿੱਛੇ ਜੇ ਉਹਨਾਂ ਨੇ ਵਧੀਆ ਬਣਾਏ ਤਾਂ ਟੀਚਰਾਂ ਦੀ ਆਪਦੀ ਮਿਹਨਤ ਹੈ, ਸਰਕਾਰ ਨੇ ਕੱਟ ਦਿੱਤਾ। ਇਹ ਗੱਲ ਮੈਂ ਵਿਧਾਨ ਸਭਾ 'ਚ ਕਹੀ ਹੈ ਵੀ ਤੁਸੀਂ ਕੀ ਦਿੱਤਾ, ਲੋਕਾਂ ਨੇ ਆਪਣੇ ਪਿੰਡਾਂ ਦੇ ਵਿੱਚੋਂ ਸਰਪੰਚਾਂ ਤੋਂ ਮੋਹਤਬਰ ਸੱਜਣਾਂ ਤੋਂ ਉਹਨਾਂ ਨੇ ਪੈਸੇ ਮੰਗੇ, ਟੀਚਰ ਨੇ ਖੁਦ ਪੈਸੇ ਪਾਏ ਤਾਂ ਕਰਕੇ ਰੰਗ ਰੋਗ ਹੋਇਆ ਇਹਨਾਂ ਦਾ ਵਿੱਚ। ਅਤੇ ਉਸ ਤੋਂ ਬਾਅਦ ਜਿਹੜੇ ਗਰਾਊਂਡ ਦੀ ਗੱਲ ਕਰਦਾ, ਮੈਂ ਤੁਹਾਨੂੰ ਦੱਸ ਕੇ ਹਟਿਆ ਹੋਈ ਪਹਿਲਾਂ ਵੀ ਸਾਡੇ 5-6 ਮੁੱਦੇ ਬੁੱਕ ਨੇ ਜਿਹਦੇ ਵਿੱਚੋਂ ਹਰੇਕ ਪਿੰਡ ਦੇ ਵਿੱਚ ਗਰਾਊਂਡ ਹੋਣਾ ਚਾਹੀਦਾ ਹੈ। ਉਹਦੇ ਵਿੱਚ ਇੱਕ ਵਾਲੀਬਾਲ ਦਾ ਗਰਾਊਂਡ, ਇੱਕ ਬਾਸਕਟਬਾਲ ਦਾ ਗਰਾਊਂਡ, ਓਪਨ ਜਿੰਮ ਘੱਟੋ ਘੱਟ ਹਰੇਕ ਪਿੰਡ 'ਚ ਇੱਕ ਵਾਰੀ, ਜਿੱਥੇ ਵੱਡਾ ਪਿੰਡ ਉੱਥੇ 2-3 ਥਾਵਾਂ 'ਤੇ ਅਸੀਂ ਓਪਨ ਜਿੰਮ ਲਾਵਾਂਗੇ, ਸਾਡੀ ਮਦਦ ਪ੍ਰੋਫੀ ਹੋਗੀ ਮੇਰੀ। ਤਾਂ ਜਿਹੜੇ ਨੌਜਵਾਨ ਨੇ, ਨੌਜਵਾਨ ਤਾਂ ਵੈਸੇ ਵੀ ਬਜ਼ੁਰਗ ਵੀ ਖੇਡ ਸਕਦੇ ਨੇ, ਅੱਜ ਆ ਸਕਦੇ ਨੇ, ਤਾਂ ਜੋ ਉਹਨਾਂ ਨੂੰ ਇੱਕ ਵਿਹਲਾ ਸਮਾਂ, ਔਰ ਜੇਕਰ ਤੁਸੀਂ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦੇ ਹੋ ਕਿਸੇ ਨੌਜਵਾਨ ਨੂੰ, ਤਾਂ ਘੱਟੋ ਘੱਟ ਉਹਨੂੰ ਖੇਡਾਂ ਨਾਲ ਜੋੜਨਾ ਪਊਗਾ। ਇਹ ਗੱਲ ਵਿਧਾਨ ਸਭਾ 'ਚ ਕਹੀ ਸੀ, ਪਰੰਤੂ 4-5 ਸਾਲ ਹੋ ਗਏ ਕਾਂਗਰਸ ਪਾਰਟੀ ਨੇ ਇੱਕ ਵੀ ਜਿੰਮ, ਇੱਕ ਵੀ ਕੋਈ ਮਤਲਬ ਕੋਈ ਗਰਾਊਂਡ ਜਾਂ ਇੱਕ ਵੀ ਕਿਸੇ ਕਿਸਮ ਦੀ ਕੋਈ ਖੇਡ ਸਹੂਲਤ ਨੌਜਵਾਨ ਨੂੰ ਨਹੀਂ ਦਿੱਤੀ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਪੈਸੇ ਦਿਓ, MLA ਨੂੰ ਜੇ 5 ਕਰੋੜ ਰੁਪਈਆ, ਤੁਸੀਂ MLA ਨੂੰ MP ਨੂੰ ਮਿਲਦਾ ਹੈ ਤਾਂ ਸਾਨੂੰ MLA ਨੂੰ ਵੀ 2 ਕਰੋੜ ਰੁਪਈਆ, 3 ਕਰੋੜ ਮਿਲਣਾ ਚਾਹੀਦਾ ਤਾਂ ਜੋ ਲੋਕਾਂ ਵਾਸਤੇ ਅਸੀਂ ਜੋੜ ਲੈ ਕੇ ਦੇ ਸਕੀਏ। ਪਰੰਤੂ 5 ਪੈਸੇ ਵੀ ਇਹਨਾਂ ਨੇ 5 ਸਾਲ ਦੇ ਵਿੱਚ ਨਹੀਂ ਪਾਈ ਸਾਡੇ ਕੋਲ। ਮੇਰੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਗੱਲ ਕਰਦੇ, ਮੇਰੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਉਹ ਹੈ ਜਦੋਂ ਸਮਾਰਟ ਸਕੂਲ ਦੀ ਗੱਲ ਚੱਲਦੀ ਹੈ, ਸਭ ਤੋਂ ਪਹਿਲਾਂ ਸੋਹਣਾ ਅਤੇ ਖੂਬਸੂਰਤ ਸਕੂਲ ਮੇਰੇ ਪਿੰਡ ਦਾ ਬਣਿਆ ਸੀ, ਪਰ ਅੱਜ ਅਫਸੋਸ ਹੈ ਕਿ ਮੇਰੇ ਪਿੰਡ ਦੇ ਮਾਸਟਰ ਗੁਰਨੈਲ ਜੀ ਨੇ, ਜਿਹੜੇ ਅੱਜ ਕੱਲ੍ਹ ਪੜ੍ਹੋ ਪੰਜਾਬ ਦੇ ਵਿੱਚ ਡਿਸਟ੍ਰਿਕਟ ਕੋਆਰਡੀਨੇਟਰ ਲੱਗ ਗਏ, ਉਦੋਂ ਪੋਸਟ ਗਈ, ਅੱਜ ਸਾਰੇ ਬੱਚਿਆਂ ਨੂੰ ਇੱਕ ਮੈਡਮ ਸਰ ਵੀਰਪਾਲ ਕੌਰ ਪੜ੍ਹਾ ਰਹੇ ਕਿ ਜੇ ਤੁਹਾਡੀ ਸਰਕਾਰ ਬਣ ਜਾਂਦੀ ਹੈ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਉਸ ਦੀ ਗਰੰਟੀ ਲੈਂਦੇ ਹੋ ਅਤੇ ਜਿਹੜੀਆਂ ਕੰਮ ਦੀਆਂ ਪੋਸਟਾਂ ਦੀ ਪੂਰੀਆਂ ਕਰਦੇ? ਅਸੀਂ ਇੱਕ ਵਾਰੀ ਦਿੱਲੀ ਦੇ ਵਿੱਚ ਕਿਸੇ ਨੇ ਕੇਜਰੀਵਾਲ ਨੂੰ ਪ੍ਰਸ਼ਨ ਕਰਤਾ ਵੀ ਜੇ ਤੁਸੀਂ ਪੁਲ ਬਣਦਾ ਹੋਵੇ ਇੱਕ ਪਾਸੇ ਸਕੂਲ ਬਣ, ਤੁਸੀਂ ਕਿਹਨੂੰ ਪ੍ਰਾਇਓਰਟੀ ਦਿਓਗੇ? ਤਾਂ ਕੇਜਰੀਵਾਲ ਨੇ ਕਿਹਾ ਸੀ ਪੁਲ ਪਿੱਛੋਂ ਬਣਾਵਾਂਗੇ, ਪਹਿਲਾਂ ਸਕੂਲ ਬਣਾਵਾਂਗੇ। ਸਾਡੀ ਸਭ ਨੂੰ ਪਹਿਲੀ ਪ੍ਰਾਇਓਰਟੀ ਸਕੂਲ ਅਤੇ ਮਤਲਬ ਹਸਪਤਾਲ ਨੇ। ਅਸੀਂ ਜਦੋਂ ਸਰਕਾਰ ਬਣ ਗਈ ਤਾਂ ਉਸ ਤੋਂ ਤੁਰੰਤ ਬਾਅਦ ਇੱਦਾਂ ਕਰਦੇ ਨੇ, 6 ਸਾਲ ਜਦੋਂ 5 ਸਾਲ ਹੋ ਗਏ ਅਖੀਰ ਦੇ ਵਿੱਚ 2-3 ਮਹੀਨੇ ਰਹਿ ਗਏ ਉਦੋਂ ਭਰਤੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਅਸੀਂ ਉਸੇ ਵਰਗੀ ਭਰਤੀ ਸ਼ੁਰੂ ਕਰ ਦਾਂਗੇ ਜਿੱਥੇ ਮਤਲਬ ਘੱਟੋ ਘੱਟ 5 ਟੀਚਰ, ਜਿਵੇਂ ਤੁਹਾਡਾ ਪਿੰਡ ਹੈ ਮੈਨੂੰ ਪਤਾ, ਮੈਂ 40 ਸਾਲ ਇਸ ਮਹਿਕਮੇ 'ਚ ਰਿਹਾ, ਮੈਨੂੰ ਇਹ ਪਤਾ ਵੀ ਕਿ ਕਿੰਨੇ ਅਧਿਆਪਕ ਚਾਹੀਦੇ ਨੇ, ਕਿੰਨਾ ਕਿ ਮਟੀਰੀਅਲ ਚਾਹੀਦਾ, ਕਿੰਨਾ ਐਕਟੀਵਿਟੀ ਜਿਹੜੀ ਹੈ ਉਹਨੂੰ ਕਰਨ ਵਾਸਤੇ ਕੋਈ ਸਹੂਲਤ ਚਾਹੀਦੀ ਹੈ। ਇਹ ਸਾਰਾ ਇੰਫਰਾਸਟ੍ਰਕਚਰ ਪੈਦਾ ਕਰਨ ਵਾਸਤੇ ਆਮ ਆਦਮੀ ਪਾਰਟੀ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਹੀ ਸਕੂਲਾਂ ਦੀ ਕਾਇਆਕਲਪ ਕਰ ਦਿੱਤੀ। ਮੇਰੇ ਪਿੰਡ ਦਾ ਜਿਹੜਾ ਤੁਸੀਂ ਪਿੰਡ ਦੀ ਗੱਲ ਕਰ ਲਈ ਅਸੀਂ, ਤਾਂ ਜਦੋਂ ਜਿਹੜਾ ਵਿਕਾਸ ਹੈ ਉਹ ਸਿਰਫ ਗਲੀਆਂ ਨਾਲੀਆਂ ਤੱਕ ਬੜਕ ਨਹੀਂ ਕਰਾਇਆ, ਮੈਨੂੰ ਲੱਗਦਾ ਜਦੋਂ ਤੱਕ ਅਸੀਂ ਉਹਦਾ ਭਵਿੱਖ ਨਹੀਂ ਬੱਚੇ ਨਹੀਂ ਬਚਾ ਪਾਵਾਂਗੇ। ਜਦੋਂ ਪਿੱਛੇ ਜੇ ਨਸ਼ਿਆਂ ਦੀ ਗੱਲ ਚੱਲਦੀ ਹੈ ਤਾਂ ਮੇਰੇ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਲੋਕਾਂ ਦੇ ਮੰਗ ਉੱਠੀ ਕਿ ਮੇਰੇ ਪਿੰਡਾਂ 'ਤੇ ਪੰਜ ਨਸ਼ਾ ਕਰ, ਜਿਹਦੇ ਨਾਲ ਉਹ ਗੱਲਾਂ ਵੀ ਕਰੀ ਜਾਣ, ਪਰ ਬਹੁਤ ਸਾਰੇ ਘਰ ਬਰਬਾਦ ਹੋਏ ਨੇ, ਬਹੁਤ ਸਾਰੇ ਨੌਜਵਾਨ ਉਹ ਨੇ ਜਿਨ੍ਹਾਂ ਦੇ ਤਲਾਕ ਤੱਕ ਹੋਏ ਨੇ, ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜਿਹਦੇ ਵਿਚਾਰੇ ਫਾਹਾ ਲੈ ਕੇ ਮਰੇ ਨੇ, ਕਈ ਘਰ ਅਜਿਹੇ ਨੇ ਜਿਹੜੇ ਘਰ ਉੱਜੜੇ ਨੇ, ਲੋਕ ਕੁਛ ਵੀ ਕਹੀ ਜਾਣ।
इस गल की गरंटी लाने के बाद इस जो नशे ने कैप्टन ने 2017 वादा कर लिया तो मैं तो जी कुछ हफ्ते नशे खत्म कर दूँगा कि आम आदमी पार्टी सरकार आने से एम एल ए तुम बनते हो दोबारा कि ये नशे का खत्म किन्ने चिर तक मंग करते हो खत्म कर पाए जो सरकार आ गई ना जो सरकार आ गई आम आदमी पार्टी की पंजाब की आ रिश्वतखोर काम है जो डॉक्टर चाहते हैं ज नशे ने एकदम अपने आप ही हट गए पता भी सरकार आमदार सरकार आ गई ये तो बहुत देखी जी एक महीने के सिर्फ एक महीने के देखोगे तो नशा नहीं मिलेगा कारण की है मैं विधानसभा एक प्रश्न ये लाया स्कूलों बारे कर रहे थे भी जो पिंड की पंचायत होंगी है मैं ध्यान था ये विधानसभा भी जिनी पिंड की पंचायत की जमीन होंगी है पूरा तुम 50% हिस्सा स्कूलों में ला दो अफसर तो लोड़ नहीं पैंती सानू सरकार सरकार ग्राउंड देवे ना देवे सरकार थोड़ा मतलब स्कूल कोई फैसला करे जेकर पिंड की पंचायत का अद्धा हिस्सा आमदन का 25% हिस्सा भी स्कूल से लगन लग जाए तो स्कूल की किराया खर्च हो सकती है जो देखो अज किसी स्कूल के पाई सेफ नहीं है किसी स्कूल के चौकीदार नहीं है किसी बड़े स्कूल के पीए नहीं है ईवन दफ्तर में भी पीए नहीं है ये कह नहीं कहना सी मैं क्लास फोर दी नौकरियां बहुत छेती रेगुलर भर्ती करूँगा परंतु एक ही बार छुट्टी किया जाए कि करना पड़ता तो आम आदमी पार्टी सुहिरदा तुम्हें देखोगे जिसे जिम्मे दिल्ली के स्कूलों से हॉस्पिटल जाके मुरले मतलब जो सहूलत ने यह पूरी की आम आदमी पार्टी पहले दिन से ही सहुं चुकने के बाद ही ये सहूलत पूरी करने रुझू आम आदमी पार्टी एजुकेशन की गल कर कांग्रेस सरकार ने धनोरा पत्या कि अभी स्मार्ट स्कूल बनाते मेरे पिंड एक पिंड है जिसे कई सारे बच्चे पढ़ते हैं मेरे पिंड के हर साल दसवीं क्लास के बच्चे पास आउट होकर मैरिटोरियल स्कूलों के पेपर देकर चंगे नंबर लेके जाते हैं पर बच्चे जो मैरिटोरियल स्कूलों के जाते हैं ग्यारहवीं बारहवीं क्लास मैडिकल नॉन मैडिकल कमर्स करके डिशन भी करके आ जाते हैं पर बारहवीं के बाद जो पढ़ाई के खर्चे बच्चे मैडिकल करता है जो बी एस सी मैडिकल करता बच्चा खर्चे चलने जो नॉन मैडिकल करता तो खर्चा चलने वो बच्चे मेरे पिंड एक नहीं मैं बहुत सारे बच्चे गिना सकता जोड़े बच्चे बारहवीं मैडिकल की नॉन मैडिकल की पर आम आदमी पार्टी को इन्हें दसवीं तो बाद पढ़ते देखो चार गरंटियां मुख्य दिखाई ने पहली गरंटी दी भी 300 बिजली माफी गरंटी बिजली वाली गरंटी दूजी गरंटी दी भी हरेक 18 साल तो वह औरत है वो खाते 1000 रुपया तीजी गरंटी साड़ी हैगी जो हेल्थ वाली तो नाल दी स्कूलों वाली गरंटी थी भी बी ए तक का हरेक जी पढ़ाई है वो फ्री होगी मैं बोहा कॉलेज के मैं उसको अब थोड़े उस दावा कहना सरकार बन जा दौ सू कोई पावर आ जाओ बोहा के कॉलेज फिर अब कॉलेज मैं खोलूँगा मतलब खोलूँगा और बोहा के मैं मंग भी रखी है मैं बोहा के विधानसभा तुम्हें मेरा मैं पढ़ के देखो सी जो मैं 1.5% लाए ने कुछ मैं रखी थी बोहा के सरकारी कॉलेज खोलिया जाए परंतु तो सरकार ने सरकारी कॉलेज बोहा खोलिया नहीं ये मंग अभी आम आदमी पार्टी लैक्चर लास्ट सवाल है लैक्चर से किया है कि जिला प्रधान इन्हें ने तुम्हें सवाल करना था तो सवाल का जवाब दिता अभी लैक्चर दिता अभी सवाल बलकार सिंह सवाल करो जवाब दे हाँ जी सर साढ़े पिंड के साढ़े हल्के के उम्मीदवार आम आदमी पार्टी वालों पहला जो सबका रह चुके हैं एम एल ए वो आए हैं असं उन्होंने स्वागत करते पर मैं एक बेरोजगार होने के नाते जिला प्रधान मानसा बी आर टटपा जथेबंदी एक सवाल है मेरा कि सर कांग्रेस का तुम हर हालात देख चुके हो मैं तुम्हें सुनया भी है तुम स्टेज पर पहले ही बोल चुके इस करके मैं अपना सवाल तुहाडे सामने उत्थे नहीं रखा पर कांग्रेस का तुम हाल देखा लगातार जो 2017 तो सरकार बनी 18 में लगातार संघर्ष किया पर लास्ट आके जो चोन जागता लगता 2861 पोस्टों का इश्तहार अद्धा घंटा पहला आता पर भर्ती लगभग जो बी एड की गल करें साड़ी भी लटकी है ई टी डी की भर्ती लटकिया पदर जिन्हिया भी होर भर्ती आई ने सारिया लटकिया पे अगर आम आदमी पार्टी की सरकार आँदी है जिन्हें अभी हंगारा देख रहे हैं पूरे पंजाब के गल आ रही है कि आम आदमी पार्टी की सरकार बन रही है अगर सरकार आँदी है तो पंजाब से सरकार के रूप के आम आदमी पार्टी सरकार एजेंडा की होगा कि भर्तियों किन्ने समय से पूरी करोगे कि यह भर्ती वाधा भी किया जाऊगा कि खास करके जोड़े सब्जेक्टों पिछले समय से नकारा जा रहा खास करके साढ़े पिंड सब्जेक्ट मने जाते हैं मात भाषा पंजाबी एस एस टी हिंदी लगातार नकारे है कि अजा थोड़े को रोड मैप है कुछ बनया कि किन्ने समय से भर्ती पूरा कर सकते हैं देखो मैं तुम पहले दस चुका भी जी आम आदमी पार्टी है सिक्ख्या से सेहत की विशेष मदद शुरू की है और मैं एक एजुकेशनिस्ट होने के नाते मैं 40 साल सर्विस की है पंजाब की विधानसभा 5 साल जिन्हें भी एजुकेशन सर्विस मतलब क्वेश्चन थी वो मेरी पार्टी कह रही भावें गुरदासपुर का सी भावें पटियाले का सी भावें अमृतसर का सी भाई जी बदलाव नहीं उठाने तो मैं आप खुद उठा रहा सारे मसले
ਅਸੀਂ ਪਿਛਲੇ ਜਿੱਤੇ ਭਗਵੰਤ ਮਾਨ ਜੀ ਨੂੰ ਸੀਐਮ ਅਨਾਊਂਸ ਕੀਤਾ ਉਸ ਤੋਂ ਬਾਅਦ ਦੇ ਵਿੱਚ ਦੋ ਘੰਟੇ ਅਸੀਂ ਗੱਲਬਾਤ ਵੀ ਕੀਤੀ ਕੇਜਰੀਵਾਲ ਸਾਹਿਬ ਦੇ ਨਾਲ ਤੇ ਵੀ ਜਿਹੜੀਆਂ ਭਰਤੀਆਂ ਨੇ ਇਹ ਜਾਣ ਬੁੱਝ ਕੇ ਕਿੱਡਾ ਵੱਡਾ ਮਜ਼ਾਕ ਕੀਤਾ। ਪਹਿਲਾਂ ਤਾਂ ਪੂਰੇ 5 ਸਾਲ ਕੁੱਟੀ ਗਏ ਤੇ ਲੁੱਟੀ ਗਏ, ਉਸ ਤੋਂ ਬਾਅਦ ਜਦੋਂ 3 ਮਹੀਨੇ ਰਹਿ ਗਏ ਫਿਰ ਇਹਨਾਂ ਐਡ ਕੱਟ ਕਰਨੀ ਸ਼ੁਰੂ ਕਰਤੀ। ਉਸ ਤੋਂ ਬਾਅਦ ਆਪ ਹੀ ਵਿੱਚ ਕੋਈ ਘਾਟ ਰੱਖ ਕੇ ਆਪ ਹੀ ਸਟੇਜ ਲਈ ਤਾਂ ਜੋ ਮਤਲਬ ਲਾਉਣਾ ਨਾ ਪੈ ਸਕਣ। ਐਡਾ ਵੱਡਾ ਮਜ਼ਾਕ ਬੀਐਡ ਵਾਲਿਆਂ ਨਾਲ, ਪੀਡੀਟੀ ਵਾਲਿਆਂ ਨਾਲ ਜਾਂ ਹੋਰ ਨਾਸਟਰ ਦੇ ਨਾਲ ਕਿਹੜੀ ਗੱਲ ਨਾਲ ਕੀਤਾ, ਇਹਦੀ ਮੈਂ ਸਹਿ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਫੈਸਲਾ ਕੀਤਾ ਉੱਥੇ ਵੀ ਜਦੋਂ ਸਰਕਾਰ ਬਣ ਜਾਂਦੀ ਹੈ ਜਿੰਨੀਆਂ ਜ਼ਰੂਰਤਾਂ ਦਿੱਤੀਆਂ ਨੇ ਵੀ ਪਹਿਲਾਂ ਇਹਨਾਂ ਨੂੰ ਸਾਰਾ ਹੱਲ ਕਰਕੇ ਨਾਲ ਦੀ ਪੋਸਟਾਂ ਭਰ ਜਾਣਗੀਆਂ, ਨਾਲ ਦੀ ਨਾਲ ਜਿਹੜੀਆਂ ਬਾਕੀ ਪੋਸਟਾਂ ਨੇ ਜਲਦੀ ਸਰਵੇ ਕਰਵਾ ਕੇ ਉਹਨਾਂ ਨੂੰ ਬਿਜ਼ਨਸ ਮਤਲਬ 6 ਮੰਥ ਅਤੇ ਸਾਰੀਆਂ ਪੋਸਟਾਂ ਬਾਕੀ ਭਰੇ। ਅਸੀਂ ਆਪਣਾ ਇੱਕ ਮੀਡੀਆ ਕਰਮੀ ਹੋਣ ਨਾਤੇ, ਇੱਕ ਪਿੰਡ ਦਾ ਨੌਜਵਾਨ ਆਗੂ ਹੋਣ ਨਾਤੇ ਮੈਂ ਪ੍ਰਿੰਸੀਪਲ ਬੁੱਧਰਾਮ ਜੀ ਨੂੰ ਸਵਾਲ ਕੀਤੇ। ਅਸੀਂ ਉਮੀਦ ਕਰਦੇ ਹਾਂ ਕਿ ਪਿੰਡਾਂ ਵਿੱਚ ਜਦੋਂ ਵੀ ਕੋਈ ਤੁਹਾਡਾ ਆਗੂ ਆਉਂਦਾ, ਜਦੋਂ ਵੀ ਕੋਈ ਹੁਣ ਸਾਰੇ ਪਾਰਟੀਆਂ ਦੇ ਤੁਹਾਡੇ ਕੋਲ ਸਮਾਂ ਹੈ ਕਿ ਤੁਸੀਂ ਲੀਡਰਾਂ ਨੂੰ ਸਵਾਲ ਪੁੱਛੋ, ਇਹਨਾਂ ਸਵਾਲਾਂ ਨੂੰ ਔਨ ਰਿਕਾਰਡ ਰੱਖੋ ਜਦੋਂ ਇਹ ਦੁਬਾਰੇ ਵੋਟਾਂ ਮੰਗਣ ਲਈ ਆਉਣ, ਤਾਂ ਕਿ ਉਹਨਾਂ ਸਵਾਲਾਂ ਦੇ ਜਵਾਬ ਤੁਸੀਂ ਉਹਨਾਂ ਤੋਂ ਲੈ ਸਕੋ। ਸੋ ਬਣੇ ਰਹੋ ਸਿਰਲੇਖ ਦੇ ਨਾਲ।